नमस्कार दोस्तों, मैं कुणाल आज ਤੁਹਾਡਾ स्वागत कर रहा साडे खास प्रोग्राम तारे आखदे ने। आज साडे नाल मौजूद हैं विश्व प्रसिद्ध ज्योतिष श्रोमणी श्री सुखविंदर जी। तो आओ सुखविंदर जी नूं पुछदे ने अज साडे किहड़े विचार ਉਹ ਸਾਡੇ ਨਾਲ ਸਾਂਝੇ ਕਰਦੇ ਨੇ। नमस्कार। सो दर्शकों, अज ਤੁਸੀਂ ਸਾਡੇ ਪ੍ਰੋਗਰਾਮ ਦੇ ਡਾਇਰੈਕਟਰ कुणाल जी ਨੂੰ देख रहे हो। ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਾਡੀ ਸਾਰੀ ਟੀਮ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਐਂਕਰਿੰਗ ਦੇ ਲਈ। ਸੋ ਇੱਕ ਚੀਜ਼ ਮੈਂ ਕਹਿਣੀ ਚਾਹੂੰਗਾ ਕਿ ਜਿੱਦਾਂ ਅੱਜ ਦਾ ਕੁਨਾਲ ਅਸੀਂ ਟੌਪਿਕ ਦੀ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਲਈ ਤੜਪ ਰਹੇ ਆ, ਬੜੇ ਤਰਲੇ ਕੱਢ ਰਹੇ ਆ ਕਿ ਅਸੀਂ ਵਿਦੇਸ਼ ਪਹੁੰਚੀਏ ਵਿਦੇਸ਼ ਪਹੁੰਚੀਏ। ਪਰ ਕੁਨਾਲ ਵਰਗੇ ਵੀ ਬੜੇ ਇੱਥੇ ਇੰਡੀਆ 'ਚ ਇੱਦਾਂ ਦੇ ਮਿਹਨਤੀ ਮੁੰਡੇ ਆ ਜਿਨ੍ਹਾਂ ਦਾ ਹਿੰਦੁਸਤਾਨ ਨਾਲ ਲਗਾਵ ਹੈ, ਅਤੇ ਜਿਹੜੇ ਇੱਥੇ ਹੀ ਬਹੁਤ ਅੱਛੇ ਤਰੀਕੇ ਨਾਲ ਸੈਟਲ ਹੋ ਕੇ ਆਪਣੇ ਬਹੁਤ ਵੱਡੇ ਇੱਕ ਚੈਨਲ ਨੂੰ ਵੀ ਚਲਾ ਰਹੇ ਨੇ ਅਤੇ ਹੋਰ ਬਹੁਤ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਜੁੜੇ ਹੋਏ ਆ। ਫਿਲਹਾਲ ਕਿਉਂਕਿ ਇਹ ਤੁਹਾਡੀ ਮੰਗ ਹੈ ਸਾਰੇ ਦਰਸ਼ਕਾਂ ਦੀ ਕਿ ਸਾਨੂੰ ਦੱਸੋ ਕਿ ਅਸੀਂ ਵਿਦੇਸ਼ ਜਾ ਸਕਾਂਗੇ ਕਿ ਨਹੀਂ ਜਾ ਸਕਾਂਗੇ, ਇਸ ਲਈ ਅੱਜ ਗੱਲ ਕਰਾਂਗੇ ਤੁਲਾ ਵਰਿਸ਼ਚਿਕ ਅਤੇ ਤਨੂੰ ਲਗਨ ਵਾਲਿਆਂ ਦੇ ਲਈ। ਸਭ ਤੋਂ ਪਹਿਲਾਂ ਤੁਲਾ, ਸ਼ੁੱਕਰ ਜਦੋਂ ਛੇਵੇਂ ਭਾਵ ਦੇ ਵਿੱਚ ਉੱਚਦਾ ਹੋਵੇ ਵਿਦੇਸ਼ ਜਾ ਸਕਦੇ ਹਾਂ, ਸ਼ਨੀ ਲਗਨ ਦੇ ਵਿੱਚ ਉੱਚਦਾ ਹੋਵੇ ਵਿਦੇਸ਼ ਜਾ ਸਕਦੇ ਹਾਂ, ਉੱਚਦਾ ਗੁਰੂ ਦਸਵੇਂ 'ਚ ਉੱਚਦਾ ਮੰਗਲ ਚੌਥੇ 'ਚ ਹੋਵੇ ਵਿਦੇਸ਼ ਜਾ ਸਕਦੇ ਹਾਂ, ਫਿਰ ਬਹੁਤੇ ਸ਼ੁੱਕਰ ਦੀ ਯੁਤੀ ਜਿਹੜੀ ਆ ਭਾਗਯ ਸਥਾਨ ਦੇ ਵਿੱਚ ਹੋਵੇ ਵਿਦੇਸ਼ ਜਾ ਸਕਦੇ ਹਾਂ, ਉੱਚਦਾ ਬੁੱਧ 12ਵੇਂ ਦੇ ਵਿੱਚ ਹੋਵੇ ਵਿਦੇਸ਼ ਜਾ ਸਕਦੇ ਹੋ, ਇਕੱਲਾ ਰਾਹੂ 12ਵੇਂ ਦੇ ਵਿੱਚ ਹੋਵੇ, 8ਵੇਂ ਦੇ ਵਿੱਚ ਉੱਚਦਾ ਚੰਦਰਮਾ ਹੋਵੇ ਵਿਦੇਸ਼ ਜਾ ਸਕਦੇ ਹਾਂ। ਫਿਰ ਅਸੀਂ ਗੱਲ ਕਰਦੇ ਹਾਂ ਵਰਿਸ਼ਚਿਕ ਲਗਨ ਵਾਲਿਆਂ ਦੀ। ਉੱਚਦਾ ਸ਼ਨੀ 12ਵੇਂ ਦੇ ਵਿੱਚ ਹੋਵੇ, ਸ਼ੁੱਕਰ 8ਵੇਂ ਦੇ ਵਿੱਚ ਹੋਵੇ, ਚੰਦਰਮਾ 7ਵੇਂ ਦੇ ਵਿੱਚ ਹੋਵੇ, ਵਿਦੇਸ਼ ਜਾ ਸਕਦੇ ਹਾਂ। ਉੱਚਦਾ ਜਾਂ ਭਾਗਯ ਭਾਵ ਦਾ ਸਟਾਰ ਤੁਹਾਡਾ ਚੰਦਰਮਾ ਹੋਵੇ ਤਾਂ ਵੀ ਵਿਦੇਸ਼ ਜਾ ਸਕਦੇ ਹਾਂ। ਫਿਰ 8ਵੇਂ ਦਾ ਬੁੱਧ ਜਿਹੜਾ ਹੈ ਉੱਚਦਾ ਹੋ ਕੇ 11ਵੇਂ ਭਾਵ ਦੇ ਵਿੱਚ ਹੋਵੇ ਤਾਂ ਵੀ ਵਿਦੇਸ਼ ਜਾ ਸਕਦੇ ਹਾਂ। ਤੁਹਾਨੂੰ ਲਗਨ ਐਂਡ 'ਚ ਅਸੀਂ ਗੱਲ ਕਰਦੇ ਹਾਂ, 'ਚ ਸ਼ਨੀ 3ਜੇ ਦੇ ਵਿੱਚ ਅਤੇ ਮੰਗਲ 12ਵੇਂ ਦੇ ਵਿੱਚ ਜਾਂ ਉੱਚ ਦਾ ਗੁਰੂ 8ਵੇਂ ਦੇ ਵਿੱਚ ਹੋਵੇ ਤਾਂ ਵੀ ਵਿਦੇਸ਼ ਜਾ ਸਕਦੇ ਹਾਂ। ਬੁੱਧ 7ਵੇਂ ਦੇ ਵਿੱਚ ਜਾਂ 10ਵੇਂ ਦੇ ਵਿੱਚ ਹੋਵੇ ਵਿਦੇਸ਼ ਜਾ ਸਕਦੇ ਹਾਂ। ਚੰਦਰਮਾ 8ਵੇਂ ਦੇ ਵਿੱਚ ਉੱਚ ਦੇ ਗੁਰੂ ਦੇ ਨਾਲ ਹੋਵੇ, ਸ਼ਨੀ ਉੱਚ ਦਾ ਹੋ ਕੇ 11ਵੇਂ ਭਾਵ ਦੇ ਵਿੱਚ ਹੋਵੇ ਜਾਂ ਸੂਰਜ 9ਵੇਂ ਭਾਵ ਦੇ ਵਿੱਚ ਹੋਵੇ ਤਾਂ ਵੀ ਤੁਸੀਂ ਵਿਦੇਸ਼ ਜਾ ਸਕਦੇ ਹੋ। ਜੀ ਸੁਖਵਿੰਦਰ ਜੀ, ਸਾਨੂੰ ਪੂਰੀ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਤੁਹਾਡੇ ਵਿਦੇਸ਼ ਜਾਣ ਬਾਰੇ ਵਿਚਾਰਨਾ ਨਾਲ ਬਹੁਤ ਜਾਣਕਾਰੀ ਮਿਲੀ ਹੋਣਗੀ। ਅਤੇ ਅਸੀਂ ਦਰਸ਼ਕੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਗਰ ਤੁਸੀਂ ਸੁਖਵਿੰਦਰ ਜੀ ਨਾਲ ਜੁੜਨਾ ਚਾਹੁੰਦੇ ਹੋ ਫੇਸਬੁੱਕ 'ਤੇ ਤਾਂ ਉਹਨਾਂ ਦਾ ਫੇਸਬੁੱਕ ਪੇਜ ਸੁਖਵਿੰਦਰ ਐਸਟ੍ਰੋਲੋਜਰ ਪੰਜਾਬ ਇੰਡੀਆ ਵੀ ਲਾਈਕ ਕਰ ਸਕਦੇ ਹੋ। ਅਤੇ ਇਸ ਦੇ ਨਾਲ ਅਗਰ ਤੁਸੀਂ ਜੋਤਿਸ਼ ਬਾਰੇ ਹੋਰ ਵੀ ਡੂੰਘੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਯੂਟਿਊਬ 'ਤੇ ਸਬਸਕ੍ਰਾਈਬ ਪੇਜ ਕਰ ਸਕਦੇ ਹੋ, ਐਸਟ੍ਰੋਲੋਜਰ ਸੁਖਵਿੰਦਰ। ਅਤੇ ਇਸ ਦੇ ਨਾਲ ਹੀ ਤੁਸੀਂ ਇਹਨਾਂ ਨਾਲ ਵਟਸਐਪ 'ਤੇ ਵੀ ਜੁਆਇਨ ਕਰ ਸਕਦੇ ਹੋ। ਅਤੇ ਹੁਣ ਸੁਖਵਿੰਦਰ ਜੀ, ਤੁਹਾਨੂੰ ਜ਼ਰੂਰ ਦੱਸੋ ਅੱਜ ਦੇ ਰਾਸ਼ੀਫਲ ਬਾਰੇ ਕਿ ਅੱਜ ਕੀ ਕਹਿੰਦੇ ਸਾਡੇ ਸਿਤਾਰੇ। ਬਿਲਕੁਲ ਕੁਨਾਲ, ਸੋ ਫੇਸਬੁੱਕ ਪੇਜ ਸਾਡਾ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ, ਅਸੀਂ ਦੁਬਾਰਾ ਰਿਪੀਟ ਕਰ ਦਿੰਦੇ ਹਾਂ, ਇਹੀ ਸਾਡਾ ਲਿੰਕ ਹੈ ਯੂਟਿਊਬ ਦੇ ਉੱਤੇ ਅਤੇ ਵਟਸਐਪ ਨੰਬਰ 9872620533। ਹੁਣ ਅੱਜ ਦੇ ਸਿਤਾਰੇ ਮੇਸ਼ ਰਾਸ਼ੀ ਵਾਲੇ ਲਾਟਰੀ ਸੱਟਾ ਜੂਏ 'ਚ ਧਨ ਹਾਰ ਕੇ ਬਰਬਾਦੀ ਦੇ ਪਾਤਰ ਬਣ ਸਕਦੇ ਆ, ਗੁਰੇਜ਼ ਕਰਿਓ। ਵਰਿਸ਼ ਰਾਸ਼ੀ ਵਾਲੇ ਵੱਡੀ ਬਿਮਾਰੀ ਤੋਂ ਜਿਹੜੇ ਪੀੜਿਤ ਸੀਗੇ, ਅੱਜ ਰਸਤਾ ਲੱਭੇਗਾ ਕਿੱਦਾਂ ਠੀਕ ਹੋ ਸਕਦੇ ਹੋ। ਮਿਥੁਨ ਰਾਸ਼ੀ ਵਾਲੇ ਬੜਾ ਹੀ ਭੱਜ ਦੌੜ ਭਰਿਆ ਦਿਨ ਹੈ। ਕਰਕ ਰਾਸ਼ੀ ਵਾਲੇ ਅੱਜ ਥੋੜ੍ਹਾ ਰੈਸਟਲੈਸ ਫੀਲ ਕਰੋਗੇ। ਸਿੰਘ ਰਾਸ਼ੀ ਵਾਲੇ ਜਾਤਕਾਂ ਦੇ ਲਈ ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ। ਕੰਨਿਆ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਬੜਾ ਹੀ ਮਿਲਿਆ ਰਹੇਗਾ। ਤੁਲਾ ਰਾਸ਼ੀ ਵਾਲੇ ਕੋਈ ਪ੍ਰਿਯਜਨ ਅੱਜ ਧੋਖਾ ਦੇ ਸਕਦਾ। ਵਰਿਸ਼ਚਿਕ ਰਾਸ਼ੀ ਵਾਲੇ ਕਿਸਮਤ ਅੱਜ ਬਹੁਤ ਕੁਛ ਦੇਣ ਵਾਲੀ ਹੈ। ਤਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਥੋੜ੍ਹਾ ਵਹੀਕਲ ਖਰਾਬ ਹੋ ਕੇ ਤੁਹਾਨੂੰ ਪ੍ਰੋਬਲਮਸ ਦੇ ਸਕਦਾ ਹੈ। ਮਕਰ ਰਾਸ਼ੀ ਵਾਲੇ ਦੂਰੋਂ ਦੂਰੋਂ ਅੱਜ ਮਹਿਮਾਨ ਘਰ ਆ ਸਕਦੇ ਹੈ। ਕੁੰਭ ਰਾਸ਼ੀ ਵਾਲੇ ਕੋਈ ਇਲੈਕਟ੍ਰੋਨਿਕ ਦੀ ਚੀਜ਼ ਤੁਹਾਡੀ ਖਰਾਬ ਹੋ ਸਕਦੀ ਹੈ। ਅਤੇ ਮੀਨ ਰਾਸ਼ੀ ਵਾਲੇ ਅੱਜ ਨੌਕਰੀ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਅਗਾਂਹ ਵਧਣ ਦੇ ਬੜੇ ਹੀ ਚਾਂਸਸ ਬਣਦੇ ਨੇ। ਜੀ ਸੁਖਵਿੰਦਰ ਜੀ, ਅਤੇ ਦਰਸ਼ਕੋ, ਜੇ ਤੁਸੀਂ ਵੀ ਸੁਖਵਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ, ਆਪਣਾ ਟੇਵਾ ਦਿਖਾਉਣਾ ਚਾਹੁੰਦੇ ਹੋ, ਆਪਣਾ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ ਹੋ, ਆਪਣੇ ਘਰ ਦੇ ਆਪਣੇ ਕਿਸੇ ਜਗ੍ਹਾ ਨੂੰ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸੁਖਵਿੰਦਰ ਜੀ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਐਡਰੈਸ ਹੈ ਜੋਤਿਸ਼ ਸ਼੍ਰੋਮਣੀ ਸੁਖਵਿੰਦਰ ਜੀ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਅਤੇ ਹੁਣ ਅਸੀਂ ਸੁਖਵਿੰਦਰ ਜੀ ਨੂੰ ਰਿਕੁਐਸਟ ਕਰਾਂਗੇ, ਸਾਨੂੰ ਜਾਣਦੇ ਸਾਨੂੰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਚਾਹੁੰਦੇ। ਬਿਲਕੁਲ ਕੁਨਾਲ, ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਦੱਸਦੇ ਹਾਂ ਸਾਰੇ ਐਪੀਸੋਡ 'ਚ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿ ਸਭ ਤੋਂ ਵੱਡਾ ਦਰਜ਼ਾ ਮਾਂ ਦਾ, ਰੱਬ ਤੋਂ ਵੀ ਵੱਡਾ। ਜਦੋਂ ਵੀ ਘਰੋਂ ਜਾਓ, ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ,
ਗੁਰੂ ਜਨਾਂ ਦੇ ਦੱਸੇ ਰਸਤੇ ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜੂਗੀ, ਤੀਆਂ ਨੂੰ ਕੁੱਖਾਂ 'ਚ ਨਾ ਮਾਰੋ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਓ, ਨਸ਼ਿਆਂ ਤੋਂ ਪਰਹੇਜ਼ ਕਰੋ, 10 ਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੋ, ਤੁਹਾਡੀ ਸਾਰੀ ਲਾਈਫ ਬਹੁਤ ਵਧੀਆ ਹੋ ਜੂਗੀ। ਲੇਕਿਨ 4 ਫਲਦਾਰ ਬੂਟੇ ਆਪਣੇ ਬਰਥਡੇ 'ਤੇ ਪਬਲਿਕ ਪਲੇਸ 'ਤੇ ਲਗਾਉਣਾ ਬਿਲਕੁਲ ਨਾ ਭੁੱਲਿਓ। ਤੁਹਾਡਾ ਸਾਡੇ ਸਟੂਡੀਓ ਆਉਣ ਦਾ ਬਹੁਤ ਬਹੁਤ ਧੰਨਵਾਦ। ਅਤੇ ਦਰਸ਼ਕੋ, ਅਸੀਂ ਕੱਲ੍ਹ ਫਿਰ ਮਿਲਾਂਗੇ ਕੁਛ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਨਮਸਕਾਰ। ਤੁਹਾਡਾ ਵੀ ਧੰਨਵਾਦ ਕੁਨਾਲ ਜੀ, ਅਤੇ ਨਮਸਕਾਰ। ਨਮਸਕਾਰ।